ਕੇਸਰੀ ਦੀ ਅਹਿਮ ਖਬਰ ਆ ਰਹੀ ਹੈ ਅੰਮ੍ਰਿਤਸਰ ਤੋਂ, ਜਿੱਥੇ ਕੋਰੋਨਾ ਵਾਇਰਸ ਦਾ ਇੱਕ ਹੋਰ ਪੋਜ਼ਿਟਿਵ ਮਾਮਲਾ ਸਾਹਮਣੇ ਆਇਆ ਹੈ। ਬੀਤੇ ਦਿਨ ਨਗਰ ਨਿਗਮ ਦੇ ਜੋ ਸਾਬਕਾ ਅਡੀਸ਼ਨਲ ਕਮਿਸ਼ਨਰ ਦੀ ਕੋਰੋਨਾ ਵਾਇਰਸ ਦੇ ਚੱਲਦੇ ਮੌਤ ਹੋਈ ਸੀ, ਉਹਨਾਂ ਦੀ ਹੀ ਪਤਨੀ ਹੈ ਸਤਨਾਮ ਕੌਰ, ਜਿਸ ਦੀ ਕੋਰੋਨਾ ਵਾਇਰਸ ਦੀ ਟੈਸਟ ਰਿਪੋਰਟ ਹੁਣ ਪੋਜ਼ਿਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਅੱਜ ਇਹ 12ਵਾਂ ਮਾਮਲਾ ਹੈ ਕੋਰੋਨਾ ਵਾਇਰਸ ਦਾ ਜੋ ਪੋਜ਼ਿਟਿਵ ਆਇਆ ਹੈ। ਸਵੇਰ ਤੋਂ ਹੀ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਪੰਜਾਬ ਦੇ ਵਿੱਚ ਵੱਧ ਰਹੀ ਹੈ ਅਤੇ ਹੁਣੇ ਅੰਮ੍ਰਿਤਸਰ ਤੋਂ ਵੀ ਇੱਕ ਹੋਰ ਪੋਜ਼ਿਟਿਵ ਮਾਮਲਾ ਸਾਹਮਣੇ ਆ ਗਿਆ। ਜਿਸ ਦੇ ਨਾਲ ਹੀ ਅੱਜ ਸਵੇਰ ਤੋਂ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦਾ ਇਹ 12ਵਾਂ ਮਾਮਲਾ ਹੈ ਜਿਸ ਦੀ ਪੁਸ਼ਟੀ ਹੋ ਗਈ ਹੈ। ਦੱਸਦੀ ਕਿ ਬੀਤੇ ਦਿਨ ਹੀ ਨਗਰ ਨਿਗਮ ਦੇ ਸਾਬਕਾ ਅਡੀਸ਼ਨਲ ਕਮਿਸ਼ਨਰ ਦੀ ਮੌਤ ਹੋ ਗਈ ਸੀ, ਉਹਨਾਂ ਦੀ ਵੀ ਕੋਰੋਨਾ ਵਾਇਰਸ ਦੀ ਰਿਪੋਰਟ ਪੋਜ਼ਿਟਿਵ ਸੀ, ਜਿਸ ਦੇ ਚੱਲਦੇ ਉਹਨਾਂ ਦੀ ਮੌਤ ਹੋ ਗਈ ਅਤੇ ਹੁਣ ਉਹਨਾਂ ਦੀ ਹੀ ਪਤਨੀ ਨੇ ਸਤਨਾਮ ਕੌਰ, ਜਿਨ੍ਹਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪੋਜ਼ਿਟਿਵ ਆ ਗਈ ਹੈ। ਅੰਮ੍ਰਿਤਸਰ ਤੋਂ ਸਿਕੰਦਰ ਪਰਸੀਚਾ ਦੀ ਰਿਪੋਰਟ।